ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਪਰਵਾਨਾ ਜੀ ਨੂੰ, ਆਓ ਜੀ। ਸ਼ਹਿਰ ਦੋਸਤੋ ਅਤੇ ਉੱਘੇ ਸਹਿ ਅਧਿਕਾਰ ਸੱਜਣੋ, ਮੈਂ ਤਾਂ ਸਿੱਧੇ ਪੱਧਰੇ ਦੀਆਂ ਗੱਲਾਂ, ਸਭ ਤੋਂ ਪਹਿਲਾਂ ਮੈਂ ਇੱਕ ਲਾਈਨ ਬਾਬੇ ਨੂੰ ਸ਼ਰਧਾਂਜਲੀ ਦੇਣੀ ਚਾਹੁੰਦਾ, ਜਿਹੜਾ 550 ਸਾਲ ਮਨਾ ਉਹਨਾਂ ਨੇ ਲਿਖਿਆ ਕਿ ਛੋਟਾ ਮੂੰਹ ਮੇਰਾ ਹਸਤੀ ਬੜੀ ਤੇਰੀ, ਛੋਟਾ ਮੂੰਹ ਮੇਰਾ ਹਸਤੀ ਬੜੀ ਤੇਰੀ, ਇਹ ਸਾਗਰ ਸਿੱਪੀਆਂ ਨਾਲ ਨਹੀਂ ਮਿਣੇ ਜਾਂਦੇ, ਇਹ ਸਾਗਰ ਸਿੱਪੀਆਂ ਨਾਲ ਨਹੀਂ ਮਿਣੇ ਜਾਂਦੇ, ਤਾਰੇ ਅਰਸ਼ ਦੇ ਕਵੇਂ ਤਾਂ ਗਿਣ ਦਵਾਂ ਮੈਂ, ਨਾਨਕ ਤੇਰੇ ਅਪਕਾਰ ਨਹੀਂ ਗਿਣੇ ਨਾ, ਮੈਂ ਤੋਂ ਤੇਰੇ ਅਪਕਾਰ ਨਹੀਂ ਗਿਣੇ। ਅਤੇ ਸ਼ੇਰ ਸੀ ਕਿ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਛ ਨਾਹੀਂ ਆਪ, ਜਿੰਨੇ ਪਾਪ ਗਿਨਾ ਕਰਦਾ ਪਰਵਾਨਾ, ਉਹ ਕੱਲਾ ਨਹੀਂ ਦੋਸ਼ੀ, ਹਰ ਸਮੇਂ ਹਰ ਕੰਮ ਵਿੱਚ ਤੇਰਾ ਰੱਬ ਨਿਭਾਉਂਦਾ ਪੂਰਾ ਸਾ। ਅਤੇ ਪੈਲ ਸਾਹਿਬ ਨੇ ਫਰਮਾਇਸ਼ ਕੀਤੀ ਆ, ਇੱਕ ਸ਼ੇਰ ਕਹਿੰਦਾ ਉਹਨਾਂ ਦੀ ਵੀ ਉਹ ਸੁਣਾ ਲੈ, ਉਹ ਲਿਖਿਆ ਸੀ ਕਿ ਆਇਆ ਸੌਣ ਪਰ ਆਇਆ ਨਹੀਂ ਸੌਣ ਵਾਲਾ, ਆਇਆ ਸੌਣ ਪਰ ਆਇਆ ਨਹੀਂ ਸੌਣ ਵਾਲਾ, ਜੇ ਮੈਂ ਸੌਣ ਲੱਗਾ ਸੌਣ ਸੌਣ ਨਾ ਦੇ, ਉਹਦੀ ਹਿਰਸ ਉੱਤੇ ਬੂਟੇ ਔਸੀਆਂ ਦੇ, ਜੇ ਮੈਂ ਪਾਉਣ ਲੱਗਾ ਪਾਉਣ ਪਾਉਣ ਨਾ ਦੇ, ਊਣਾ ਹੁਸਨ ਤਰਿੰਜਣਾ ਵਿੱਚ ਸਹੀਓ, ਜੇ ਮੈਂ ਆਉਣ ਲੱਗਾ ਊਣ ਆਉਣ ਨਾ ਦੇ, ਪਰਵਾਨਾ ਹਜ਼ਰ ਫਰਾਕ ਦਾ ਗਾਉਣ ਹੈ ਗਾਲ, ਜੇ ਮੈਂ ਗਾਉਣ ਲੱਗਾ ਤਾਂ ਗਾਉਣ ਗਾਉਣ ਨਾ ਦੇ। ਅਤੇ ਮੈਂ ਕਵਿਤਾ ਅਰਜ ਕਰਨ ਲੱਗਾ ਸੀ, ਸਾਉਣ ਮਹੀਨਾ ਆ ਗਿਆ, ਕੋਈ ਫੌਜੀ ਜਵਾਨ ਮਕਲਾਵਾ ਲਿਆ ਕੇ ਅਤੇ ਸ਼੍ਰੀਮਤੀ ਨੂੰ ਘਰ ਛੱਡ ਜਾਂਦਾ, ਛੁੱਟੀ ਉਹਦੀ ਮੁੱਕ ਜਾਂਦੀ ਹੈ, ਉਹਦੀ ਕੁਦਰਤੀ ਕਿਤੇ ਪੋਸਟਿੰਗ ਦੂਰ ਦੇ ਫਲ ਦਾਸ ਹੋ ਜਾਂਦੀ ਹੈ, ਉਹ ਕਾਫੀ ਸਮਾਂ ਗੁਜ਼ਰ ਜਾਂਦਾ, ਨਾ ਕੋਈ ਚਿੱਠੀ ਆਉਂਦੀ ਨਾ ਉਹ ਛੁੱਟੀ ਆਉਂਦਾ, ਸ਼੍ਰੀਮਤੀ ਦਾ ਘਰ ਇੱਕ ਛੋਟਾ ਦੇਵਰ ਹੁੰਦਾ ਹੈ, ਉਹ ਜਦੋਂ ਸਕੂਲ ਜਾਣ ਲੱਗਾ ਉਹਨੂੰ ਪੈਸੇ ਦਿੰਦੀ ਹੈ, ਕਹਿੰਦੀ ਆ ਆਉਣ ਲੱਗਾ ਡਾਕਖਾਨੇ ਤੋਂ ਲਿਫਾਫਾ ਲਈਆ, ਤੇਰੇ ਭਰਾ ਨੂੰ ਅੱਜ ਗੁੱਸੇ ਦੀ ਚਿੱਠੀ ਲਿਖ, ਘਰ ਵਿੱਚ ਸਾਰੇ ਕੰਮਾਂ ਤੋਂ ਸੁਰਖਰੂ ਹੋ ਕੇ ਚਿੱਠੀ ਲਿਖਣ ਲੱਗਦੇ ਆ, ਉਹ ਆਂਹਦਾ ਹਾਂ ਭਰਜਾਈ ਦੱਸ ਕੀ ਲਿਖਾਂ, ਤੂੰ ਆਂਹਦੀ ਲਿਖ, ਤੂੰ ਆਂਹਦਾ ਲਿਖਾਂ ਮੈਂ ਨਾ ਲਿਖਾਂ ਕੀ, ਤੂੰ ਕਹਿੰਦੀ ਲਿਖ ਦੇ ਖਤ ਅਤੇ ਮੇਰਾ ਪ੍ਰਣਾਮ ਲਿਖ ਦੇ, ਲਿਖ ਦੇ ਖਤ ਅਤੇ ਮੇਰਾ ਪ੍ਰਣਾਮ ਲਿਖ ਦੇ, ਸਾਡੀ ਯਾਦ ਵੱਲੋਂ ਉਹਨੂੰ ਯਾਦ ਲਿਖ ਦੇ, ਮੇਰੇ ਰੰਗਲੇ ਚੂੜੇ ਦੀ ਸੂਹ ਪਾ ਕੇ ਛੁੱਟੀ ਆਉਣ ਲਈ ਇੱਕ ਫਰਿਆਦ ਲਿਖ ਦੇ, ਮੇਰੇ ਰੰਗਲੇ ਚੂੜੇ ਲਈ ਸੂਹ ਪਾ ਕੇ ਛੁੱਟੀ ਆਉਣ ਲਈ ਇੱਕ ਫਰਿਆਦ ਲਿਖ ਦੇ, ਅਤੇ ਲਿਖ ਦੇ ਕੰਤ ਬਰਹਿਮ ਬਦਰਦੀਆ ਤੋਂ ਕਿਹੜੀ ਛਾਉਣੀ ਵਿੱਚ ਨਾਵਾਂ ਲਵਾ ਬੈਠਾ ਹੈ, ਚਿੱਠੀ ਛੁੱਟੀ ਸੁਨੇਹਾ ਨਾ ਖਤ ਕੋਈ, ਅੜਿਆ ਚੇਤਾ ਹੀ ਸਾਡਾ ਭਲਾ, ਅਤੇ ਜੀਵਨ ਜੋਗਿਆ ਜਦੋਂ ਦਾ ਗਿਆ ਖਿਜਾਂ ਵੱਸਦੀ ਹੈ, ਵਿਹੜਾ ਸੱਜਦਾ ਨਹੀਂ ਵੇਂਹਦਾ ਫਿਰੇ ਕਸ਼ਮੀਰ ਦੀਆਂ ਵਾਦੀਆਂ ਤੋਂ, ਸਾਡਾ ਇਕੱਲਿਆਂ ਦਾ ਦਿਲ ਲੱਗਦਾ ਨਹੀਂ, ਅਤੇ ਤੈਨੂੰ ਚਾਟ ਪਰਦੇਸ ਦੀ ਛੱਡਦੀ ਨਹੀਂ, ਮੈਨੂੰ ਛੱਡਦੇ ਨਹੀਂ ਮਿਹਣੇ ਜਠਾਣੀਆਂ ਦੇ, ਕੰਤ ਜਿੰਨਾ ਪਰਦੇਸ ਨੂੰ ਤੋਰ ਛੱਡੇ ਕੀ ਜਿਮਣੇ ਨੇ ਉਹਨਾਂ ਸਵਾਣੀਆਂ ਨੇ, ਅਤੇ ਕਿਹਦੇ ਕੋਲ ਮੈਂ ਦੁੱਖੜੇ ਫੋਲ ਦੱਸਾਂ, ਸੁਣਦਾ ਕੋਈ ਵੀ ਮੇਰੀਆਂ ਬੀਤੀਆਂ ਨਹੀਂ, ਵਿਲਕੇ ਪਿਆ ਮਕਲਾਵੇ ਦਾ ਝਾਅ ਮੇਰਾ, ਕਦੇ ਰੱਜ ਕੇ ਗੱਲਾਂ ਵੀ ਕੀਤੀਆਂ ਨੇ।
ते बरहो छलकदा सहमिया रोन अखा सुपने बच भी ततियाँ हसियाँ ना तेरी माँ जो बोलियाँ मार दी है तुसा पुछिया ना असा दसियाँ ना ते सामने आ गया है तुम्हें घर आ जा कदी आप भी पेई चढ़ा छड़िए लोकी टिब्बिया ते किकली पाउंदियां ने आपां वेड़े विच किकली पा छड़ी ते तेरे नाल दे छुट्टियां कट मुड़ गए तू नहीं आमदा तेरा ख्याल की है वे कदे तत्या जान के पुछ ता सही कि दस तत्तीए नहीं तेरा हाल की है आटा कदे कनाली तो भुड़किया नहीं तेरे आन वालों एक धड़कदी नहीं कदे काग बनेरे ते बोलिया नहीं तत्ती अख मेरी भी कदे फरकदी नहीं तेरे प्यार दे पाक चना उते किरना मेरी रा छा गया बूर केड़ा अड़िया मूँह मलाजे भी तोड़ बैठा तातों हो गया एडा कसूर केड़ा जेकर सोनिया मैं तेरे योग नहीं सा चली आके भावे विसार जानो पर ऐस जीवन तो चंगा सी चन जैतों हथी यार देखे मैनु मार जान तेरे वास्ते एक रुमाल कढ़िया तेरे वास्ते एक रुमाल कढ़िया पलकां सामने खोल विछा छड़ी पर तेरे आउण तो पहला ही जे मुक गई मैं मेरी रीघ नाल अखां नूं ला छड़ी ते परवाना ऊसियां चिट्ठियां बहुत पाइया फिर भी आया नहीं कोई जवाब तेरा पत्थर दिल तैनू छुट्टी भेजदा नहीं वह भी छड़ा ही होना हिसाब तेरा वह भी छड़ा ही होना हिसाब तेरा वह भी छड़ा ही होना।